ਬੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਤੇ ਜੀ, ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਜਿੱਥੇ ਪੂਰੇ ਦੇਸ਼ ਦੇ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ, ਉੱਥੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਵੀ ਜਿਹੜੀ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਣ ਵਾਸਤੇ ਪਹੁੰਚੀਆਂ ਹੋਈਆਂ ਨੇ, ਅਤੇ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ, ਸਾਡੇ ਨਾਲ ਬਲਜਿੰਦਰ ਸਿੰਘ ਚੱਠਾ ਮੌਜੂਦ ਨੇ, ਗੱਲਬਾਤ ਕਰ ਲੈਂਦੇ ਸਰ, ਸਿਕਿਉਰਿਟੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਇੰਤਜ਼ਾਮ ਨੇ, ਕਿਉਂਕਿ ਰੱਖੜੀ ਦਾ ਪਵਿੱਤਰ ਤਿਉਹਾਰ ਹੈ ਜਿਹੜਾ ਅੱਜ ਮਨਾਇਆ ਜਾ ਰਿਹਾ। ਅਸੀਂ ਸਿਕਿਉਰਿਟੀ ਨੂੰ ਮੇਨ ਰੱਖਿਆ, ਅੱਜ ਵਾਧੂ ਫੋਰਸ ਤੈਨਾਤ ਕੀਤੀ ਹੈ, ਕਿਉਂਕਿ ਰੱਖੜੀ ਬੰਨ੍ਹਣ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਭੈਣਾਂ ਨੂੰ ਅਸੀਂ ਇਹ ਰੱਖੜੀ ਬਣਵਾ ਸਕੀਏ, ਅੰਦਰਲੇ ਬੰਦੀਆਂ ਨੂੰ ਭੈਣਾਂ ਤੋਂ, ਇਸ ਲਈ ਅਸੀਂ ਵਾਧੂ ਸਿਕਿਉਰਿਟੀ ਦਾ ਪ੍ਰਬੰਧ ਕੀਤਾ। ਹੋਰ ਵੀ ਦੇਖਣ ਨੂੰ ਮਿਲਿਆ ਕਿ ਇੱਥੇ ਪਾਣੀ ਵਗੈਰਾ ਦਾ ਜਿਸ ਤਰ੍ਹਾਂ ਕਿ ਓਕੇ ਕਿਸ ਤਰ੍ਹਾਂ ਉਹਨੂੰ? ਹਾਂ, ਅੰਦਰ ਜੇਲ੍ਹ ਦੇ ਬਾਹਰਲੀ ਸਾਈਡ ਅਸੀਂ ਭੈਣਾਂ ਦੇ ਬੈਠਣ ਵਾਸਤੇ ਖਾਸ ਪ੍ਰਬੰਧ ਕੀਤਾ ਗਿਆ, ਪੱਖੇ ਲਵਾਏ ਗਏ ਆ, ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਤੇ ਕੋਈ ਭੈਣਾਂ ਨੂੰ ਦਿੱਕਤ ਨਾ ਆਵੇ। ਦਿੱਕਤ ਨਾ ਆਵੇ ਤੇ ਤੁਸੀਂ, ਰੱਖੜੀ ਦਾ ਤਿਉਹਾਰ ਹੈ, ਤੁਹਾਡੇ ਵੱਲੋਂ ਨੀ ਅੱਜ ਰੱਖੜੀ ਬੰਨੀ ਗਈ ਹੈਗੀ? ਅਸੀਂ ਨਹੀਂ ਬਣਵਾ ਸਕੇ, ਸਭ ਅਸੀਂ ਪਹਿਲਾਂ ਆਪਣੀ ਡਿਊਟੀ ਨੂੰ ਪਹਿਲ ਦਿੰਦੇ ਹਾਂ, ਅਸੀਂ ਤਾਂ ਅੱਗੇ ਪਿੱਛੇ ਵੀ ਬਣਵਾ ਲਾਂਗੇ। ਤੁਸੀਂ ਦੇਖਿਆ ਕਿ ਅੱਗੇ ਪਿੱਛੇ ਵੀ ਜਿਹੜੀ ਰੱਖੜੀ ਬਣਵਾ ਲਾਂਗੇ ਸਰ, ਕਿ ਜਿਸ ਤਰ੍ਹਾਂ ਕਿ ਸਿਕਿਉਰਿਟੀ ਦਾ ਵੀ ਵਧੀਆ ਇੰਤਜ਼ਾਮ ਨੇ, ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਟਾਈਮਿੰਗ ਜਿਹੜੀ ਹੈਗੀ ਹੈ ਰੱਖੀ ਹੈ, ਜਿਹੜੀ ਭੈਣਾਂ ਆਉਣਗੀਆਂ ਰੱਖੜੀ ਬੰਨ੍ਹਣ ਵਾਸਤੇ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ? ਇਹ ਅਸੀਂ 8 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਅਤੇ 5 ਵਜੇ ਤੱਕ ਅਸੀਂ ਲਗਾਤਾਰ ਭੈਣਾਂ ਨੂੰ ਰੱਖੜੀ ਬੰਨ੍ਹਣ ਦਾ ਮੌਕਾ ਦੇਵਾਂਗੇ। ਤੁਸੀਂ ਦੇਖਿਆ ਕਿ 8 ਵਜੇ ਤੋਂ ਜਿਹੜਾ 5 ਵਜੇ ਤੱਕ ਜਿਹੜਾ ਭੈਣਾਂ ਨੂੰ ਜਿਹੜੀ ਹੈਗੀ ਰੱਖੜੀ ਬੰਨ੍ਹਣ ਦਾ ਜਿਹੜਾ ਸਮਾਂ ਦਿੱਤਾ ਗਿਆ, ਨਾਲ ਹੀ ਜਿਹੜੇ ਹੈਗੇ ਇਹਨਾਂ ਨੇ ਜਿਹੜੇ ਰੱਖੜੀ ਆਪ ਨਹੀਂ ਬਣਵਾਈ, ਕਿਉਂਕਿ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਇਹਨਾਂ ਨੇ ਪੁਖਤਾ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ, ਅਤੇ ਨਾਲ ਹੀ ਪਟਿਆਲਾ ਜੇਲ੍ਹ ਦੇ ਵਿੱਚ ਜਿਹੜੀ ਭੈਣਾਂ ਆ ਰਹੀਆਂ ਨੇ ਰੱਖੜੀ ਬੰਨ੍ਹਣ ਵਾਸਤੇ, ਉਹਨਾਂ ਨੂੰ ਇੱਥੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀ ਹੈਗੀ ਰੱਖੜੀ ਬਣਵਾਈ ਜਾਏ। ਉਸਦੇ ਮੁਤਾਬਿਕ ਹੀ ਜੇਲ੍ਹ ਪ੍ਰਸ਼ਾਸਨ ਜਿਹੜੇ ਹੈਗੇ ਭੈਣਾਂ ਨੂੰ ਆਪਣੇ ਭਰਾਵਾਂ ਨਾਲ ਰੱਖੜੀਆਂ ਬੰਨ੍ਹਣ ਵਾਸਤੇ ਇੱਥੋਂ ਜਿਹੜੇ ਹੈਗੇ ਨੰਬਰ ਵਾਈਜ਼ ਭੇਜਦੇ ਹੋਏ ਨਜ਼ਰ ਆ ਰਹੇ ਨੇ। ਤੁਹਾਡਾ ਭੈਣ ਮੌਜੂਦ ਹੈ, ਕੀ ਨਾਮ ਹੈ ਅਤੇ ਕਿਹਨੂੰ ਮਿਲਣ ਵਾਸਤੇ ਪਹੁੰਚੇ ਹੋਏ ਤੁਸੀਂ? ਮੈਂ ਮਨਮੀਤ ਕੌਰ, ਮੇਰੇ ਚਾਚੂ ਅੰਦਰ ਨੇ ਮਲਕੀਤ ਸਿੰਘ, ਉਹਨਾਂ ਦੇ ਕੋਈ ਸਿਸਟਰ ਨਹੀਂ ਹੈਗੇ ਤਾਂ ਮੈਂ ਹੀ ਉਹਨਾਂ ਨੂੰ ਆਈ ਵਾਰ ਰੱਖੜੀ ਬੰਨ੍ਹਦੀ ਹਾਂ। ਸੋ ਪਿਛਲੀ ਰੱਖੜੀ ਵੀ ਸਾਡੀ ਇੱਥੇ ਹੀ ਹੋਈ ਸੀ, ਔਰ ਹੁਣ ਵੀ ਅਸੀਂ ਇੱਥੇ ਸੈਲੀਬ੍ਰੇਟ ਕਰਾਂਗੇ। ਅੱਜ ਉਹਨਾਂ ਨੂੰ 14 ਮੰਥ ਹੋ ਗਏ ਨੇ ਅੰਦਰ। ਮਨ ਉਦਾਸ ਹੁੰਦਾ ਹੈ ਚਾਚੂ ਨੂੰ ਮਿਲਣ ਵਾਸਤੇ ਕਿ ਹਾਂ ਇੰਨੀ ਦੇਰ ਤੋਂ ਬੰਦ ਨੇ, ਤੇ ਘਰ ਦੇ ਵਿੱਚ ਵੀ ਪਹਿਲੇ ਘਰ 'ਚ ਬੰਦੇ ਸੀ? ਹਾਂਜੀ ਹਾਂਜੀ, ਬਹੁਤ ਜ਼ਿਆਦਾ। ਹੁਣ ਇੱਥੇ ਘਰ ਆਪਾਂ ਸਾਰੀ ਫੈਮਿਲੀ ਨਾਲ ਬੰਦ ਸੀ, ਇੱਥੇ ਉਹਨਾਂ ਨੂੰ ਆਣ ਕੇ ਬੰਨ ਕੇ ਜਾਂਦੇ ਹਾਂ, ਉਹ ਵੀ ਬਹੁਤ ਅੰਦਰ ਉਦਾਸ ਹੁੰਦੇ ਨੇ। ਪਾਪਾ ਵੀ ਨੀ ਹੈਗੇ ਤੇ ਚਾਚੂ ਨੂੰ ਬੰਨਣ ਵਾਸਤੇ ਆ ਰਹੇ ਤੇ ਨਾ ਮੱਖਾਂ ਨੇ ਅੱਜ, ਕਿ ਇੱਕ ਦਿਲ ਤੋਂ ਹੁੰਦਾ ਕਿ ਅੱਜ ਘਰੇ ਹੁੰਦੇ ਤੇ ਫਿਰ ਮੈਂ ਬੰਦੀ। ਹਾਂਜੀ ਹਾਂਜੀ, ਹੁੰਦਾ ਸਰ, ਫਿਰ ਵੀ ਆਪਣਾ ਘਰ ਆਪਣੇ ਹਨਾ ਖੁਸ਼ੀਆਂ ਮਨਾਉਂਦੇ ਆ। ਹੁਣ ਇੱਥੇ ਉਹਨਾਂ ਨੂੰ 10 ਮਿੰਟ ਲਈ ਸਿਰਫ ਮਿਲਣ ਦਿੰਦੇ ਨੇ।
ਤੇ ਨੰਬਰ ਦਿੱਤਾ ਹੋਇਆ ਕੋਈ ਨੰਬਰ ਵਾਈਜ਼ ਬੁਲਾਉਂਦੇ ਨੇ ਕਿ ਅਰੇਂਜਮੈਂਟ ਵਾਈਜ਼ ਨੰਬਰ ਵਾਈਜ਼ ਬੁਲਾਉਂਦੇ ਨੇ ਪ੍ਰਸ਼ਾਸਨ ਵੱਲੋਂ ਜਿਹੜਾ ਜੇਲ੍ਹ ਪ੍ਰਸ਼ਾਸਨ ਵੱਲੋਂ ਅਰੇਂਜਮੈਂਟ ਕਿਸ ਤਰ੍ਹਾਂ ਹਾਂਜੀ ਵਧੀਆ ਸਰ ਨੰਬਰ ਵਾਈਜ਼ ਸਰ ਬੁਲਾਉਂਦੇ ਨੇ ਕੋਈ ਝਗੜਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਦੇਖਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਨੰਬਰ ਵਾਈਜ਼ ਜਿਹੜਾ ਹੈਗਾ ਉਹ ਬੁਲਾਇਆ ਜਾਂਦਾ ਹੈਗਾ ਹੋਰ ਵੀ ਭੈਣਾਂ ਜਿਹੜੀਆਂ ਹੈਗੀਆਂ ਇੱਥੇ ਮੌਜੂਦ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਥੇ ਪਹੁੰਚੀ ਹੋਈਆਂ ਨੇ ਭੈਣਾਂ ਜਿਹੜੀਆਂ ਹੈਗੀਆਂ ਨੇ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਰੱਖੜੀ ਜਿਹੜਾ ਹੈਗਾ ਬਣਵਾਉਣ ਵਾਸਤੇ ਇੱਥੇ ਪਹੁੰਚਿਆ ਹੱਥਾਂ ਦੇ ਵਿੱਚ ਜਿਹੜੀ ਹੈਗੀਆਂ ਰੱਖੜੀਆਂ ਫੜੀ ਹੋਈਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਰੱਖੜੀਆਂ ਫੜੀ ਹੋਈ ਨੇ ਤੁਸੀਂ ਰੱਖੜੀ ਬੰਨਣ ਵਾਲੇ ਹੱਥ 'ਚ ਰੱਖੜੀ ਤੇ ਨੰਬਰ ਨੰਬਰ ਵਾਈਜ਼ ਤੁਹਾਨੂੰ ਬੁਲਾਇਆ ਜਾ ਰਿਹਾ ਹਾਂਜੀ ਹਾਂ ਨੰਬਰ ਵਾਈਜ਼ ਬੁਲਾਇਆ ਕਿੰਨੀ ਦੇਰ ਹੋ ਗਈ ਬੰਦ ਅੰਦਰ ਜਿਹੜਾ ਕਿਹਨੂੰ ਮਿਲਣ ਵਾਸਤੇ ਆਏ 3 ਮਹੀਨੇ ਹੋ ਗਏ ਮੇਰਾ ਬ੍ਰਦਰ ਹੈ ਬ੍ਰਦਰ 3 ਮਹੀਨੇ ਹੋ ਗਏ ਨੇ ਤੇ ਮਨ ਉਦਾਸ ਹੁੰਦਾ ਕਿ ਘਰ ਹੁੰਦਾ ਤੇ ਮੈਂ ਘਰੇ ਬੰਦੀ ਹਾਂਜੀ ਬਹੁਤ ਹੁੰਦਾ ਹੈ ਕੀ ਲੱਗਦਾ ਜੀ ਤੁਹਾਡਾ ਜਿਹੜਾ ਕਿ ਰੱਖੜੀ ਤੁਸੀਂ ਹੱਥ ਦੇ ਵਿੱਚ ਫੜੀ ਹੋਈ ਹੈ ਅੱਜ ਰੱਖੜੀ ਦਾ ਪਵਿੱਤਰ ਤਿਉਹਾਰ ਹੈ ਭੈਣਾਂ ਦਾ ਤੇ ਅੱਜ ਉਹਨਾਂ ਨੂੰ ਰੱਖੜੀ ਬੰਨਣ ਵਾਸਤੇ ਹਾਂਜੀ ਰੱਖੜੀ ਵਾਸਤੇ ਪਹੁੰਚੇ ਮੇਰਾ ਭਰਾ ਹੈਗਾ ਜੀ ਭੁਪਿੰਦਰ ਸਿੰਘ ਜੇਲ੍ਹ 'ਚ 2.5 ਸਾਲ ਹੋ ਗਏ ਕਿੰਨੀ ਦੇਰ ਹੋ ਗਈ 2.5 ਸਾਲ ਪਿਛਲੇ ਸਾਲ ਵੀ ਤੁਸੀਂ ਇੱਥੇ ਪਹੁੰਚੇ ਰੱਖੜੀ ਬੰਨ ਹਾਂਜੀ ਪਿਛਲੇ ਸਾਲ ਵੀ ਇੱਥੇ ਪਹੁੰਚੇ ਸੀ ਜੀ ਰੱਖੜੀ ਬੰਨ ਘਰ ਹੋ ਗਏ ਬਹੁਤ ਵਧੀਆ ਲੱਗੇ ਜੀ ਇੱਥੇ ਮਨ ਦੁਖੀ ਹੁੰਦਾ ਆਉਂਦੇ ਆ ਇਕੱਲਾ ਹੀ ਭਰਾ ਹੈਗਾ ਜੀ ਮੈਂ ਇਕੱਲੀ ਭੈਣ ਹਾਂ ਜਿਹੜੀ ਭੈਣ ਆ ਉਹ ਇੱਥੇ ਪਹੁੰਚੀ ਹੋਈ ਹੈ ਤੇ ਰੱਖੜੀ ਬੰਨਣ ਵਾਸਤੇ ਤੇ ਮਨ ਨੂੰ ਉਦਾਸ ਹੁੰਦਾ ਹੈ ਕਿ ਇਮੋਸ਼ਨਲ ਹੁੰਦਾ ਹਾਂਜੀ ਮਨ ਬਹੁਤ ਇਮੋਸ਼ਨਲ ਹੁੰਦਾ ਮਨ ਦੁਖੀ ਹੁੰਦਾ ਵੀ ਇਕੱਲਾ ਹੀ ਭਰਾ ਜੀ ਘਰੇ ਹੋਵੇ ਬਹੁਤ ਵਧੀਆ ਹੋਵੇ ਲੱਗੇ ਜੀ ਵੀ ਘਰੇ ਵਧੀਆ ਚਾਅ ਨਾਲ ਰੱਖੜੀ ਬੰਨੀ ਹੈ ਜੀ ਘਰ ਦੇ ਵਿੱਚ ਹੋਰ ਵੀ ਭਰਾ ਹੈਗਾ ਜਾਂ ਇਕੱਲੇ ਇਕੱਲੇ ਭਰਾ ਹੈਗਾ ਜੀ ਦੇਖਿਆ ਇੱਕੋ ਇੱਕ ਭਰਾ ਹੈ ਜਿਹੜਾ ਹੈਗਾ ਕਿ ਉਹ ਇੱਥੇ ਉਹਨੂੰ ਰੱਖੜੀ ਬੰਨਣ ਵਾਸਤੇ ਜਿਹੜੇ ਕਿ ਮੈਂ ਤੁਹਾਨੂੰ ਰੱਖੜੀ ਦੀ ਤਸਵੀਰ ਦਿਖਾ ਦਿੰਦਾ ਰੱਖੜੀ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਮੈਂ ਦੇਖੋ ਤੁਸੀਂ ਜਿਹੜੀ ਭੈਣ ਆਪਣੇ ਭਰਾ ਨੂੰ ਰੱਖੜੀ ਬੰਨਣ ਵਾਸਤੇ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਪਹੁੰਚੇ ਹੋਏ ਨੇ ਤੇ ਹੋਰ ਵੀ ਭੈਣ ਜਿਹੜੀ ਹੈਗੀ ਪਹੁੰਚੀ ਕੀ ਨਾਮ ਹੈ ਜੀ ਕਿਹਨੂੰ ਮਿਲਣ ਵਾਸਤੇ ਪਹੁੰਚੇ ਹੋਏ ਮੇਰਾ ਬੇਟਾ ਜੀ ਧਰਮਪ੍ਰੀਤ ਉਹਨੂੰ ਰੱਖੜੀ ਬੰਨਣ ਵਾਸਤੇ ਪਹੁੰਚੇ ਹੋਏ ਹਾਂਜੀ ਮਨ ਉਦਾਸ ਲੱਗ ਰਿਹਾ ਕਿ ਹਾਂ ਕਿ ਅੱਜ ਇੱਥੇ ਰੱਖੜੀ ਕਿੰਨੀ ਦੇਰ ਹੋ ਗਈ ਬੰਦ ਹਾਂਜੀ ਉਹਨੂੰ 20 ਦਿਨ ਹੋ ਗਏ ਜੀ ਕਦੇ ਕੇਸ 'ਚ ਆ ਗਿਆ ਸੀ ਉਹ ਜੀ ਉਹ 4 ਸਾਲ ਹੋ ਗਏ ਜੀ ਮੋਟਰਸਾਈਕਲ ਦੇ ਕੇਸ 'ਚ ਫਸ ਗਿਆ ਸੀਗਾ ਪੇਸੀਆਂ ਤੋੜਤੀਆਂ ਜੀ ਉਹ ਪਕੌੜਾ ਕਰਿਆ ਗਿਆ ਹੁਣ ਚੱਕ ਲਿਆ ਜੀ ਹੁਣ ਉਹਨੂੰ ਰੱਖੜੀ ਬੰਨਣ ਵਾਸਤੇ ਪਹੁੰਚੇ ਹੋਏ ਤੁਸੀਂ ਤੇ ਮਨ ਲੱਗ ਰਿਹਾ ਉਦਾਸ ਹੋ ਰਿਹਾ ਕਾਫੀ ਬਹੁਤ ਜ਼ਿਆਦਾ ਜੀ ਵਿਕਾਰ ਹੋਵੇ ਬੇਟਾ ਆਪ ਦਚਾਉ ਨਾਲ ਬੈ ਬੰਨਣ ਜੀ ਉਹ ਫੜਾ ਕੇ ਮੁੜ ਗਈ ਭੈਣਾਂ ਤਾਂ ਹੈ ਨਹੀਂ ਗਿਆ ਭਾਈ ਭਾਈ ਨੇ ਦੋ ਇੱਕ ਬੇਟਾ ਬਾਹਰ ਹੈ ਇੱਕ ਬੇਟਾ ਉਰੇ ਅੰਦਰ ਹੈ ਜੀ ਦੇਖਿਆ ਕਿ ਮਨ ਜਿਹੜਾ ਹੈਗਾ ਬਹੁਤ ਉਦਾਸ ਹੈ ਭੈਣਾਂ ਦਾ ਜਿਹੜਾ ਕਿ ਬੇਟਾ ਵੀ ਉਹਨਾਂ ਦਾ 20 ਦਿਨ ਹੋ ਗਏ ਜਿਹੜਾ ਜੇਲ੍ਹ ਦੇ ਵਿੱਚ ਹੈਗਾ ਤੇ ਉਦਾਸ ਮਨ ਦੇ ਨਾਲ ਜਿਹੜੀ ਹੈਗੀ ਰੱਖੜੀ ਬੰਨਣ ਵਾਸਤੇ ਇੱਥੇ ਪਹੁੰਚੇ ਨੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਨੇ ਸਕਿਉਰਿਟੀ ਨੂੰ ਲੈ ਕੇ ਹੋਣ ਚਾਹੇ ਭੈਣਾਂ ਦੇ ਵਾਸਤੇ ਕੁਰਸੀਆਂ ਟੇਬਲ ਜਿਹੜੇ ਹੈਗੇ ਨੇ ਉਹ ਲਗਾਏ ਗਏ ਨੇ ਤੇ ਪਾਣੀ ਦਾ ਪ੍ਰਬੰਧ ਸਾਰੇ ਜਿਹੜੇ ਹੈਗੇ ਨੇ ਉਹ ਕੀਤੇ ਗਏ ਨੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ